ਠੰਡ ਤੇ ਹਾਂਜੀ ਜਾਂਦੀ ਜਾਂਦੀ ਲੋਕਾਂ ਨੇ ਕਈਆਂ ਨੇ ਕੱਪੜੇ ਸਾਂਭ ਛੜੇ ਬਾਜੀ ਮੈਨੂੰ ਉਸ ਦਿਨ ਆਉਂਦੇ ਸਮਾਨ ਸਾਰੇ ਸਾਂਭ ਛੜੇ ਨਹੀਂ ਆਪਣੇ ਤੇ ਮੈਂ ਕਿਹਾ ਇਹ ਤਾਂ ਫਿਰ ਠੰਡ ਆਉਂਦੀ ਪਈ ਮੈਂ ਤਾਂ ਆਪੇ ਸਾਰੇ ਰੱਖ ਛੜੇ ਹਾਂ ਆ ਹਾਏ ਨਾਇਆ ਦੇ ਵੀ ਆਪਣੇ ਵੀ ਗਰਮ ਮੈਂ ਤਾਂ ਨਹੀਂ ਦੱਸ ਹੁਣ ਤੇ ਮੈਂ ਮੈਨੂੰ ਤੇ ਆਪ ਬੜੀ ਠੰਡ ਲੱਗਦੀ ਰਾਤੀ ਮੈਨੂੰ ਮੈਂ ਨਾ ਕੱਲ ਜੁਮਾ ਸੀ ਮੈਂ ਕਿਹਾ ਜੁਮੇ ਵਾਲੇ ਦਿਨ ਨਹਾਉਣਾ ਸੀ ਤੇ ਮੈਂ ਨਹਾ ਕੇ ਨਾ ਠੰਡੇ ਪਾਣੀ ਨਾਲ ਤੇ ਮੈਨੂੰ ਫਿਰ ਸਵੈਟਰ ਠੰਡ ਲੱਗੇ ਮੈਂ ਸਵੈਟਰ ਪਾਇਆ ਆਹ ਮੋਟਾ ਕਹਿ ਰਹੇ ਕਿ ਠੰਡੇ ਪਾਣੀ ਨਾਲ ਉਂਝ ਹੀ ਨਾ ਆਇਆ ਮੈਂ ਕਿਹਾ ਉਹਨਾਂ ਗੋਖਣ ਵੀ ਮੈਂ ਠੰਡੇ ਪਾਣੀ ਨਾਲ ਨਾਤੀ ਹਾਂ ਉਹਨਾਂ ਦੇ ਗੀਜ਼ਰ ਲੱਗਾ ਨਹੀਂ ਨਿੱਘਾ ਪਾਣੀ ਗੀਜ਼ਰ ਬੰਦ ਹੈ ਉਹ ਅੰਨਮ ਜਾਏ ਤੇ ਗੀਜ਼ਰ ਚਲਾਉਂਦੀ ਕੋਈ ਨਹੀਂ ਚਲਾਉਂਦਾ ਕੋਈ ਵੀ ਅੱਛਾ ਹਾਂ ਉਹ ਫਿਰ ਗੈਸ ਦਾ ਵੀ ਨਹੀਂ ਮਸਲਾ ਉਹਨਾਂ ਦਾ ਮੈਂ ਨਾ ਫਿਰ ਮੈਂ ਨਾਤੀ ਠੰਡੇ ਪਾਣੀ ਨਾਲ ਫਿਰ ਮੈਂ ਸਵੈਟਰ ਪਾ ਲਿਆ ਅੱਲਾ ਦਾ ਸ਼ੁਕਰ ਹੈ ਮੈਂ 15 ਦਿਨ ਬਿਮਾਰ ਰਹੀ ਸਾਂ ਪਹਿਲਾਂ ਇੱਥੇ ਠੰਡੇ ਪਾਣੀ ਨਾਲ ਪੂਰੇ 15 ਦਿਨ ਬਿਮਾਰ ਅੱਛਾ ਗਲਾ ਬੁਖਾਰ ਸਾਹ ਹੀ ਨਾ ਲਵੇ ਹਾਏ ਉਹਦੇ ਬਾਜੀ ਉਹਦੇ ਵਿਆਹ ਤੇ ਅਸੀਂ ਸਾਰੇ ਬੜੇ ਬਿਮਾਰ ਹੋਏ ਸਾਂ ਆ ਉਹ ਹਿਸਾਬ ਮੇਰਾ ਹੋਇਆ ਸੀ ਆ ਹੁਣ 2 ਦਿਨ ਹੋਏ ਨਾ ਠੰਡ ਵੀ ਘਰ ਆ ਕੇ 2 ਦਿਨ ਹੋ ਗਏ ਨਾ ਉਹ ਦਵਾਈ ਸਾਰਾ ਨੂੰ ਜਿਹੜੀ ਬਣਾ ਕੇ ਦਿੱਤੀ ਸੀ ਨਾ ਸਾਰਾ ਸਾਰਾ ਨੇ ਮੈਨੂੰ ਕੱਲ ਛੜੀ ਵਾਪਸ ਆ 2 ਦਿਨ ਹੋ ਗਏ ਨੇ ਉਹ ਹੀ ਪੀਨੇ ਆ ਪੇ ਬਾਜੀ ਆਂਦੇ ਨੇ ਉਹ ਕਦਸ ਦਵਾਈ ਲਈ ਆ ਉਹ ਆਂਦੇ ਨੇ ਕਿਉਂ ਤੁਸੀਂ ਨਹੀਂ ਖਾਣੀ ਨਹੀਂ ਮੈਂ ਖਾਣੀ ਹੈ ਤੂੰ ਮੇਰੇ ਕੋਲ ਲਈ ਆ ਮੈਂ ਕਿਹਾ ਤੁਸੀਂ ਬਣਾਈ ਹੈ ਤੁਸੀਂ ਆਪ ਹੀ ਖਾਓਗੇ ਤੁਹਾਡੀ ਉਹ ਵੀ ਦਵਾਈ ਆਣ ਤੋੜੇ ਆਣ ਤੋਂ ਪਹਿਲਾਂ ਕੁੱਟ ਕੇ ਧਰੀ ਨੇ ਬਾਜੀ ਨੇ ਆਹੋ ਮੈਨੂੰ ਦਿੱਤੀ ਨੇ ਆਹੋ ਦੇ ਗਏ ਜੀ ਦੇ ਗਏ ਨੇ ਉਹ ਵੀ ਲੈ ਜੀ ਮੱਖਣ ਅੱਧੀ ਅੱਛਾ ਉਹ ਵਾਲੀ ਦਵਾਈ ਉਹ ਨਹੀਂ ਮੈਂ ਦੂਸਰੀ ਕਹਿਣੀ ਸੀ ਜਿਹੜੀ ਤੁਸੀਂ ਬਹਿ ਕੇ ਦੋਵਾਂ ਭੈਣ ਭਰਾਵਾਂ ਨੇ ਬਣਾਈ ਸੀ ਉਹ ਮੱਖਣ ਵਾਲੀ ਨਹੀਂ ਉਹ ਬਣਾਈ ਨੇ ਹੁਣ ਮੁਕੱਦਸ ਵਾਸ ਬਣਾਈ ਅੱਧੀ ਰੱਖ ਲਈ ਨੇ ਆਪੀ ਦੇ ਦਿੱਤੀ ਕਿਨੇ ਹਨ ਅੰਨਮ ਨੇ ਦਿੱਤਾ ਉਹ ਲੈ ਜੀ ਅੱਛਾ ਹਾਂ ਮੱਖਣ ਦੇ ਨਾਲ ਨਾ ਦਵਾਈ ਦੇ ਨਾਲ ਹੋਰ ਕੀ ਰੱਖਿਆ ਨੇ ਦੱਸੇ ਸਭ ਉਹ ਤਾਂ ਕਹਿਣ ਦੇ ਹਨ ਪਾਣੀ ਨਾ ਹੋਰੇ ਖਾਣੀ ਹੈ ਮੈਂ ਗੋਲੀਆਂ ਬਣਾ ਦੇਣੀ ਆ ਉਂਝ ਫੱਕੋ ਨਾ ਤੇ ਗਲੇ ਨੂੰ ਲੱਗਦੀ ਏ ਮੈਂ ਕਹਿੰਦੀ ਆਂਟੀ ਸਾਡੇ ਘਰ ਸ਼ਹਿਦ ਕੋਨੀ ਹੈ ਆਂਦੇ ਚੱਲ ਫਿਰ ਇੰਜ ਹੀ ਖਾ ਲੇਗਾ ਨਹੀਂ ਮੱਖਣ ਨਾ ਖਾਏਗਾ ਮੱਖਣ ਹੈ ਸਾਡੇ ਘਰ ਉਦੋਂ ਦਾ ਪਤਾ ਹੀ ਨਾ ਨਵਨੇ ਉਸਨੇ ਕੌਲੀ ਪਤੀਲੀ ਭਰੀ ਪਈ ਹੈ ਮੈਂ ਘਿਓ ਨਹੀਂ ਮੰਗਵਾਉਂਦੀ ਸੀ ਉਸ ਮੈਂ ਘਿਓ ਕੱਲ੍ਹ ਮੈਂ ਲੈ ਆਉਂਦੇ ਮੱਖਣ ਨਾਲ ਰੋਟੀ ਮੱਖਣ ਨਾਲ ਵੀ ਰੋਟੀ ਪੱਕਦੀ ਹੈ ਮੱਖਣ ਰੋਟੀ ਸੁੱਕੀ ਪਕਾ ਕੇ ਨਾ ਨਹੀਂ ਉਂਝ ਦੇਸੀ ਘਿਓ ਆਰ ਨਹੀਂ ਪੱਕਦੀ ਜਾਂ ਪੱਕਦੀ ਹੈ ਅੱਛਾ ਮੱਖਣ ਨਾਲ ਠੰਡੀ ਹੁੰਦੀ ਜ਼ਰਾ ਅੱਛਾ ਪਿੰਡਾਂ ਦੇ ਲੋਕ ਮੱਖਣ ਨਾਲ ਰੋਟੀ ਚੋਪੜ ਕੇ ਮਾਸਾ ਦਹੀਂ ਲੈ ਕੇ ਰੋਟੀ ਖਾ ਲੈਂਦੇ ਸਨ ਇਹਦੇ 'ਚ ਚੀਨੀ ਛੀਨੀ ਵੀ ਪਾ ਕੇ ਹਾਂ ਨਹੀਂ ਖਾਲੀ ਰੱਖ ਮੈਂ ਤਾਂ ਬਈ ਰੋਟੀ ਹੋਵੇ ਨਾ ਮੱਖਣ ਉੱਤੇ ਧਰ ਕੇ ਖਾਲੀ ਰੋਟੀ ਖਾ ਲੈਂਦੀ ਹਾਂ ਅੰਮੀ ਉਹਦੇ 'ਚ ਪਾਉਂਦੇ ਨੇ ਸਾਗ 'ਚ ਆਹੋ ਉਹ ਵੀ ਇੰਜਾ ਜ਼ਹਿਰਾ ਮਗਈ ਸਾ ਨਾ 2 ਵਾਰਾ ਸਾਗ 'ਚ ਇੰਨਾ ਇੰਨਾ ਮੱਖਣ ਇੱਕ ਦਿਨ ਮੈਨੂੰ ਉੱਤੇ ਮੱਖਣ ਧਰ ਕਹਿੰਦੀ ਮੇਰੀ ਫੁੱਫੋ ਜੀ ਮੱਖਣ ਨਾਲ ਖਾ ਲੈਂਦੀ ਹੈ ਆਰਜ਼ੂ ਦੀ ਫੁੱਫੋ ਕਿਹੜਾ ਸਾਲਨ ਗਰਮ ਕਰ ਕਹਿੰਦੀ ਨਹੀਂ ਤੂੰ ਰਹਿਣ ਦੇ ਮੈਂ ਫੁੱਫੋ ਨੂੰ ਫੁਲਕਾ ਪਕਾ ਕੇ ਦਿੱਤਾ ਫੁੱਫੋ ਮੱਖਣ ਨਾਲ ਖਾ ਲੈਂਦੇ ਉਹਨਾਂ ਨੂੰ ਮੈਦੇ ਦਾ ਮਸਲਾ ਹੈ ਅਤੇ ਮੈਂ ਉਹਦੇ ਨਹੀਂ ਖਾ ਲਈ ਸੀ ਤੁਸੀਂ ਵੀ ਮਾਪੇ ਖਾ ਲਿਆ ਕਰੋ ਹਾਂਜੀ ਮੱਖਣ ਰੱਖਿਆ ਇਹ ਕੱਢ ਦਈਏ ਕੋਈ ਨਹੀਂ ਨਾ ਇਹ ਨਹੀਂ ਮੱਖਣ ਸੱਚੀ ਮੁੱਚ ਜੂ ਹੈ ਐਡਾ ਮੋਟਾ ਪਿੱਦਾ ਉਹ ਲਾਇਆ ਅੱਜ ਆਲਾ ਉਹ ਵਾਕਈ ਜੇ ਐਡਾ ਮੋਟਾ ਹੀ ਛੋਟਾ ਮੈਂ ਕੀ ਕਿਹਾ ਹੈ ਨਹੀਂ ਨਹੀਂ ਲੈ ਬਾਜੀ ਨੇ ਜਾਣੇ ਤੇ ਨਾਲ ਕੱਢ ਲਿਆ ਹੈ ਉਹ ਪੁੜ ਕੇ ਥੱਲੇ ਆਈ ਹੈ ਨਾ ਖਾਰਸ਼ ਬੜੀ ਹੁੰਦੀ ਹੈ ਬੱਚਿਆਂ ਕੋ ਚੜ ਜਾਂਦੀਆਂ ਸਕੂਲ ਵਾਲੇ ਜੋ ਹੈ ਮੋਇਜ਼ ਦੀਆਂ ਕੱਟ ਹੋਈਆਂ ਕੱਢਦੀ ਰਹਿੰਦੀ ਮੋਇਜ਼ ਮੋਇਜ਼ ਨੂੰ ਪਰਸੋਂ ਰਾਤੀ ਮੇਰੇ ਨਾਲ ਇੰਨਾ ਬੁਖਾਰ ਜਿੱਦਾਂ ਕੋਈ ਹਿਸਾਬ ਨਾ ਤੇ ਮੈਂ ਅੱਜ ਨਜ਼ਰ ਨਹੀਂ ਆਉਂਦਾ ਪਿਆ ਗੁੱਡੀਆਂ ਸਕੂਲ ਗਿਆ ਅੱਜ ਸਕੂਲ ਗਿਆ ਅੱਛਾ ਇੱਥੇ ਹਫਤੇ ਦੀ ਛੁੱਟੀ ਨਹੀਂ ਹੁੰਦੀ ਗੋਰਮੈਂਟ ਸਕੂਲ ਜਾਂਦਾ ਜੇ ਤੂੰ ਨਾ ਸਹੀ ਪੜਿਆ ਤੇ ਮੈਂ ਸਵੇਰ ਤੈਨੂੰ ਕਿਸੇ ਦੁਕਾਨ ਤੇ ਛੱਡ ਆਉਣੇ ਤੂੰ ਨਾ ਨਹੀਂ ਰਿਜ਼ਲਟ ਸਹੀ ਆਇਆ ਨਹੀਂ ਨਹੀਂ ਅਜੇ ਤੇ ਪੇਪਰ ਹੋਣੇ ਨੇ ਪੇਪਰ ਅਜੇ ਹੁੰਦੇ ਨੇ ਹੁਣੇ ਨੇ ਬਣਾਇਆ ਸੀ ਨਾ ਮੈਂ ਅੱਛਾ ਮੈਂ ਕਿਹਾ ਜੇ ਤੂੰ ਨਹੀਂ ਨਾ ਤੇਰਾ ਪੜਨ ਤੇ ਦਿਲ ਕਰਦਾ ਮੈਂ ਤੈਨੂੰ ਕਿਸੇ ਦੁਕਾਨ ਤੇ ਲਵਾ ਉਹਨੇ ਉਹਨਾਂ ਸਾਰਾ ਦਿਨ ਤੈਨੂੰ ਸਿਰ ਨੇ ਸਾਹ ਨਹੀਂ ਲੈਣ ਦੇਣਾ ਕਦੀ ਆਹ ਸੌਦਾ ਤੋਲ ਕਦੀ ਆਹ ਸੌਦਾ ਤੋਲ ਤੇ ਫਿਰ ਮੈਂ ਆਖਿਆ ਚੜਾਈ ਗੁੱਡੀਆਂ ਹਾਂ ਤੇ ਪਿਓ ਚੜਿਆ ਗੁੱਸਾ ਲੈ ਕੇ ਜੁੱਤੀ ਆ ਗਿਆ ਆਪੀ ਕਲਪ ਕਲਪ ਕੇ ਸਿਰ ਖਪਾ ਲੈਣ ਲੱਗੀ ਆ ਉਹ ਮੈਨੂੰ ਜੁੱਤੀ ਮਾਰਿਆ ਕਰੋ ਜੇ ਸਿਰ ਤੇ ਮਾਰਿਆ ਕਰੋ ਤੇ 1000 ਰੁਪਈਆ ਮੈਂ ਤੁਹਾਡੇ ਕੋਲ ਲੈਣਾ ਜੇ ਮੈਂ ਫਿਰ ਨਾ ਪਿਆ ਆਖੇ ਜੇ ਅੱਜ ਮੇਰੇ ਪਾਪਾ ਨਾ ਆ ਕੇ ਇਤਨੇ ਪਿਆਰੇ ਲੱਗ ਰਹੇ ਮੇਰੇ ਸੋਂਦੇ ਹੋ ਨਾ ਪੇ ਜਾ ਕੇ ਗੱਡੀ ਚਲਾਣੀ ਜੇ 1000 ਰੁਪਈਆ ਮੈਂ ਤੇ ਕੇ ਚਾਂਦ ਪੜਨਿਆ ਸਵੇਰ ਸਵੇਰ ਨਾ ਲਿਆ ਉਹ ਫੇਰ ਸੂਈ ਫੇਰ ਉੱਥੇ ਹੀ ਅੜੀ ਸੀ ਅੱਛਾ ਮੈਂ ਵੀ ਪੇ ਸੇ ਖੁਸ਼ ਹੋਈ ਸਾਂ ਮੈਂ ਕਿਹਾ ਨਾ ਲਿਆ ਮੇਰੇ ਪੁੱਤਰ ਨੇ ਆਇਆ ਹੋ ਹੁਣ ਜੀ ਆਂਦੇ ਕਿੰਨੇ ਦਿਨ ਹੋ ਗਏ ਹੋਰੇ ਕੋ 15 ਦਿਨ ਹੋ ਚੱਲਣਾ ਤੇ ਇਹਨੂੰ ਖਾਰਸ਼ ਹੁੰਦੀ ਸੀ
ਕੱਪੜੇ ਇਸਤਰੀ ਕਰਕੇ ਦੇ ਮੈਂ ਇਸਤਰੀ ਕਰਕੇ ਦਿੱਤੇ ਤੇ ਨਾ ਆ ਕੇ ਉਹ ਪਿਆਸੇ ਨੂੰ ਕੋਟੀ ਪਾ ਕੇ ਗਿਆ ਕਿ ਨਹੀਂ ਅਜੇ ਗੱਡੀ ਉਹ ਜੇ ਇੱਥੇ ਹੀ ਨਹੀਂ ਗੱਡੀ ਕਿੱਥੇ ਲੈ ਗਿਆ ਅੱਛਾ ਅਸੀਂ ਕੋਟੀ ਪਾ ਕੇ ਘੱਲੋ ਜੇ ਬੜੀ ਸਰਦੀ ਹੈ ਬਾਹਰ ਵਾ ਵਗਣ ਰਹੀ ਹੈ ਤੇ ਅੱਗੇ ਕਮਜ਼ੋਰ ਹੈ ਇਹ ਨਾ ਹੋਵੇ ਬਿਮਾਰ ਹੋ ਜੇ ਇੰਝ ਹੀ ਕਹਿੰਦੇ ਛੱਡ ਦੇਣੀ ਹੈ ਮੈਂ ਛੱਡ ਦੇਣੀ ਮਾਮੀ ਜੀ ਬਸ ਹੁਣ ਛੱਡ ਦੇਣੀ ਹੌਸਲਾ ਕੱਢ ਕੇ ਫਿਰ ਛੱਡ ਆਂਟੀ ਮਨਜ਼ੂਰਾਂ ਅੱਗੇ ਪੈਂਦੇ ਹਨ ਤੁਸੀਂ ਨਾ ਇਹਦਾ ਬਾਹਰ ਦਾ ਕੁਛ ਕਰੋ ਤੇ ਚਲੋ 50-60 ਹਜ਼ਾਰ ਰੁਪਈਆ ਮੈਂ ਦੇ ਦਿਆਂਗੀ ਆਂਟੀ ਮਨਜ਼ੂਰ ਅੱਗੇ ਮੈਨੂੰ ਕਹਿੰਦੇ ਆਉਂਦੇ ਨੇ ਮੈਂ ਆਉਂਦੇ ਨੇ ਇਹਨੂੰ ਇੱਥੋਂ ਟੋਰ ਜਾਵੋ ਮੈਂ ਕਿਹਾ ਆਂਟੀ ਟੋਰ ਕਿੱਥੇ ਜਾਈ ਆਉਣਾ ਫਿਰ ਇੱਥੇ ਹੀ ਅਸੀਂ ਜਾਣਾ ਸੀ ਕਿੱਥੇ ਵੇ ਮੈਂ ਕਿਹਾ ਇੱਥੋਂ ਇਹਨੂੰ ਕੱਢ ਛੜੀਏ ਤੇ ਮੈਂ ਕਿਹਾ ਸਾਡੇ ਰਿਸ਼ਤੇਦਾਰਾਂ ਦਾ ਉਹਨਾਂ ਮਹੀਨਾ ਕਰਾ ਕੇ ਲੋਰ ਘਰ ਛੜੀ ਬਾਅਦ ਵੀ ਪਿੰਦਾ ਕਿਹੜਾ ਸਵਾਦ ਹੁੰਦਾ ਜੀ ਦਾ ਮੈਨੂੰ ਦੱਸਿਆ ਸੀ ਸਮੀ ਸ਼ੇਰ ਜੀ ਚਰਸ ਪੀਂਦਾ ਪੁੰਦਾ ਆਂਟੀ ਨੂੰ ਦਾਖਲ ਕਰਾਓ ਇਹਨੂੰ ਬਾਹਰ ਕਾਲ ਛੱਡੋ ਚਲੋ 50-60 ਹਜ਼ਾਰ ਰੁਪਈਆ ਮੈਂ ਦੇ ਦਿਆਂਗੀ ਤੁਹਾਨੂੰ ਆ ਕੋਈ ਸਬੱਬ ਬਣੇ ਮੈਂ ਦੱਸਾਂ ਤੇ ਪਿਆ ਦੇ ਕਿ ਸਬੱਬ ਬਣੇ ਮੈਂ ਤੇ ਆਖਿਆ ਸੀ ਮੈਂ ਗੱਡੀ ਵੀ ਵੇਚ ਮੈਂ ਤੇ ਹੋਏ ਨੇ ਕੋਈ ਸੈੱਟ ਆਹ ਆਂਦਾ ਸੀ ਬਾਜੀ ਮੈਂ ਹੁਣ ਸੈੱਟ ਅੱਲਾ ਦਾ ਸ਼ੁਕਰ ਹੈ ਦੁਆ ਕਰਿਆ ਕਰੋ ਮੈਂ ਸਹੀ ਹਾਂ ਹੁਣ ਕੀਤਾ ਸਾ ਨਹੀਂ ਮੈਂ ਤੈਨੂੰ ਬਾਜੀ 5,000 ਜਨੇ ਦਾ ਮੰਗਾ ਕੇ ਦੇ ਮੈਂ ਇਕੱਲੇ ਨੇ ਪੈਸੇ ਘਰ ਮੈਂ ਕਿੰਨੇ ਇਕੱਲੇ ਨੇ ਪੂਰੇ 34 ਕਿ 24 ਹਜ਼ਾਰ ਦਾ ਮੈਂ ਆਖਿਆ ਮੈਂ ਨਹੀਂ ਲੈਣੇ ਕਿਉਂ ਤੁਹਾਨੂੰ ਜਨੇ ਦੇ ਕੇ ਜਾਏਗਾ ਮੈਂ ਆਖਿਆ ਨਹੀਂ ਉਹਨਾਂ ਨੂੰ ਬਹੁਤੀ ਜ਼ਰੂਰਤ ਹੈ ਮੈਂ ਆਖਿਆ ਅਸੀਂ ਤਾਂ ਆਪਣੇ ਘਰ 'ਚ ਰਹਿੰਦੇ ਹਾਂ ਰੁਖੀ ਸੁਖੀ ਖਾ ਲਈਏ ਤੇ ਕੋਈ ਤੋਂ ਤੇ ਮੈਂ ਆਖਿਆ ਕਿਰਾਏ 'ਤੇ ਰਹਿੰਦੇ ਨੇ ਮੈਂ ਜਦੋਂ ਤੂੰ ਸਹੀ ਬੈਠ ਸੈੱਟ ਹੋ ਜਾਏਗਾ ਨਾ ਮੇਰਿਆ ਵੀਰਾ ਤੂੰ ਕੱਲੀ ਤਾਂ ਮੈਂ ਕਦੀ ਵੀ ਨਹੀਂ ਮੋੜਾਂਗੀ ਚੌਂਦੀ ਨਾ ਬਾਜੀ ਉਹਨਾਂ ਦਾ ਕੀ ਬਣਦਾ ਉਹੀ ਮੈਂ ਉਹੀ ਮਾਸ਼ਾਅੱਲਾ ਖਾਣਾ ਪੀਣਾ ਵੀ ਕਿਰਾਏ ਦਾ ਵੀ ਹਾਂ ਉਹੀ ਮੈਂ ਆਖਿਆ ਉਹ ਇਹ ਉਹਨਾਂ ਨੂੰ ਬਹੁਤ ਹੀ ਜ਼ਰੂਰਤ ਹੈ ਮੇਰੇ ਤਾਂ ਮੈਂ ਆਖਿਆ ਬੱਚੇ ਐਡੇ ਆ ਸਮਝਦਾਰ ਨੇ ਜਿੰਨੇ 'ਚ ਅਸੀਂ ਵਕਤ ਕਰ ਲਈਏ ਕਰ ਲੈਂਦੇ ਹਾਂ ਅੱਜ ਤਾਂ ਭੈਣਾਂ ਨੂੰ ਦਿੱਤਿਆ ਚਲੋ ਅੱਲਾਹ ਤਾਲਾ ਹੋਰ ਦਿੰਦਾ ਹੈ ਨਹੀਂ ਨਹੀਂ ਉਹਨੇ ਆਖਿਆ ਮੈਂ ਨਹੀਂ ਸੀ ਮੰਨੀ ਮੈਂ ਆਖਿਆ ਮੈਂ ਲੈ ਜਦੋਂ ਤੂੰ ਸੈੱਟ ਹੋਏਗਾ ਨਾ ਫਿਰ ਇਨਸ਼ਾਅੱਲਾ ਤਾਲਾ ਤੂੰ ਕੱਲੇ ਦਾ ਤੇ ਮੈਂ ਲੀਲਾ ਹਜੇ ਨਹੀਂ ਮੈਂ ਲੈ ਅਜੇ ਮੈਂ ਆਖਿਆ ਤੇਰੇ ਘਰ ਨੂੰ ਬਹੁਤ ਹੀ ਜ਼ਰੂਰਤ ਹੈ ਨਾ ਦੀ ਅੱਗੇ ਨਾ ਫਰਕ ਪਿਆ ਨਾ ਦੀ ਮਾੜੀ ਹੋਈ ਹੈ ਇੰਨੀ ਤੇਰੇ ਸਿਰ 'ਚ ਸਿੱਕਰੀ ਤੇਲ ਤਾਰੇ ਮੀਰਾ ਦਾ ਲਾਉਣੀ ਹੈ ਫਿਰ ਵੀ ਸਿੱਕਰੀ ਹੈ ਲਾਉਣੀ ਨਹੀਂ ਤੇ ਤਾਰੇ ਮੀਰਾ ਤੇਲ ਸਾਰੀ ਐਂਜੀ ਉੱਡੀ ਉੱਡੀ ਨਹੀਂ ਹੁੰਦੀ ਜਿਵੇਂ ਤੇਲ ਕਿੱਦਾਂ ਨਾ ਨਹੀਂ ਲਿਆ ਮੈਂ ਤੇਰੇ ਤੇ ਪਾਕ ਨਾ ਚੱਸਾਂ ਉੱਤੇ ਹੀ ਬਹੁਤੀ ਸਿੱਕਰੀ ਹੁਣੇ ਅੱਜ ਹੀ ਨਾ ਆਏ ਕੇ ਕੁਛ ਕੋਈ ਆਪਣੀ ਚੀਜ਼ ਵੇਚ ਕੇ ਤੇ ਦਿਆ ਪੈਸੇ ਤੇ ਮੈਂ ਦੇ ਦਿਆਂਗੀ ਤੁਸੀਂ ਇਹਦਾ ਕਰੋ ਕੁਛ ਮੈਂ ਕਿਹਾ ਅੱਛਾ ਆਂਟੀ ਮੈਂ ਮੇਨ ਦਿਨ ਗੱਲ ਕਰਨੀ ਆ ਮੈਂ ਕਿਹਾ ਆਂਟੀ ਨੇ ਬੜੀ ਹਿੰਮਤ ਕੱਢੀ ਸਹੀ ਗੱਲ ਹੈ ਗੱਡੀ ਸਾਡੀ ਤਾਂ ਸਿਰਫ 27,000 ਰੁਪਈਆ ਰਹਿ ਗਿਆ ਅੱਛਾ ਆਹ ਜਿਹੜੀ ਕਿਸ਼ਤਾਂ 'ਤੇ ਲਈ ਹੈ ਨਾ ਹਾਂ ਸਿਰਫ 27,000 ਰੁਪਈਆ ਰਹਿ ਗਿਆ ਅੱਛਾ ਉਹ ਵੀ ਸਲਮਾਨ ਨੇ ਦੇ ਛੜਿਆ ਹਾਂ ਅਤੇ ਉਹ ਮੈਂ ਸਲਮਾਨ ਨੂੰ ਦੇ ਜਾਂਦੀ ਹਾਂ ਨਾ ਹਾਂ ਉਹ 27,000 ਰੁਪਈਆ ਰਹਿ ਗਿਆ ਅੱਲਾ ਕਰੇ ਇੱਕ ਬਣ ਜੇ ਢੋਲ ਅਤੇ ਇਹਦਾ ਤਾਂ ਸ਼ੇਖ ਆਇਆ ਇਹਦਾ ਯਾਰ ਉਹ ਆਉਂਦਾ ਸੀ ਬਾਜੀ ਉੱਥੇ ਬੜਾ ਸਿਲਮਿਸਤਾਰ ਦਾ ਕੰਮ ਹੈ ਮੈਂ ਨਾ ਬਾਹਰ ਦੇ ਮੁਲਕ ਆਹੋ ਕਹਿੰਦਾ ਸਿਲਮਿਸਤਾਰ ਦਾ ਬੜਾ ਹੀ ਕੰਮ ਹੈ ਸਾਡੇ ਕੋਲ ਇੰਨਾ ਮਾਮੂ ਉਹਦਾ ਦਨਾਨ ਕਹਿੰਦਾ ਸੀ ਨਾ ਮੈਂ ਭੇਜਾਂਗਾ 22,000 ਨੂੰ ਵੀ ਮੰਗਾ ਲਾਂਗੇ ਤੇ ਜਾਂ 4 ਨੂੰ ਵੀ ਉਹਨਾਂ ਨੇ ਨਾ ਬੜਾ ਕੰਮ ਹੈ ਤੇ ਮੈਂ ਉਹਨੂੰ 3 ਮਹੀਨੇ ਦੇ ਵੀਜ਼ਾ ਤੇ ਬੁਲਾਵਾਂ ਦਾ ਤੇ ਤੁਸੀਂ ਨਾ 50,000 ਰੁਪਇਆ ਲੱਗ ਜੇਦਾ ਮੈਂ ਕਿਹਾ ਤੂੰ ਕੱਲ ਦੇ ਮੈਂ 50 ਭਾਵੇਂ ਚੁੱਕ ਕੇ ਲਾ ਲਾਂਗੀ ਕੱਲ ਦਿਆਂਗੀ ਕਹਿੰਦਾ ਜਦੋਂ ਉਹਨਾਂ ਕਾਮੇ ਦਾ ਵੇਖਿਆ ਨਾ ਕਾਮੇ ਬੜਾ ਉਹਨੇ ਵੀ ਵੇਖਿਆ ਕਹਿੰਦੇ ਕਾਮੇ ਬੜਾ ਸੁਥਰਾ ਕਰਦਾ ਤੇ ਉੱਥੇ ਬਾਜੀ ਚੰਗੇ ਚੰਗੇ ਭਲੇ ਭਲੇ ਸਹੀ ਹੋ ਗਏ ਨੇ ਉਹ ਇੱਥੇ ਹੀ ਅਜੇ ਭਰਾ ਉਹਨੇ ਨਾ ਆਪਣੇ ਨੂੰ ਕੱਲ ਦਿੱਤਾ ਆਪ ਅਜੇ ਇੱਥੇ ਹੀ ਹੈ ਕਹਿੰਦਾ ਮੈਂ ਇਹਨਾਂ ਨੂੰ ਵੀਜ਼ਾ 'ਤੇ ਬੁਲਾਵਾਂ ਦਾ 3 ਮਹੀਨੇ ਦੇ 3 ਮਹੀਨੇ ਅਜੇ ਪੈਸੇ ਵੀ ਬੰਦਾ ਪੂਰੇ ਕਰ ਲੈਂਦਾ ਅਤੇ ਉੱਥੇ ਜੇ ਉਹਨੂੰ ਪਸੰਦ ਆ ਗਿਆ ਤਾਂ ਉਹਨਾਂ ਉੱਥੋਂ ਹੀ ਇਹਦਾ ਵੀਜ਼ਾ ਫਕਾਰ ਆਵੇ ਦਾ ਫਿਰ ਵੀਜ਼ਾ ਕੱਲ੍ਹ ਕਿਤੇ ਬੁਲਾ ਲੈਣਗੇ ਮੈਂ ਚੱਲ ਜਾ ਫਿਰ ਜੋ ਜਾਏਗਾ ਫਿਰ ਲਾ ਲਾਂਗੇ ਹਿਸਾਬ ਉਹਦਾ ਭਰਾ 2 ਸਾਲ ਆ ਸੀ ਅੱਛਾ ਸ਼ੇਖ ਰਫੀਕ ਦੇ ਨੇ ਜਿਹੜਾ ਇਹਦਾ ਉਸਤਾਦ ਸੀ ਨਾ ਕੰਮ ਦਾ ਉਹਨੇ ਮੈਂ ਉਹਦਾ ਮੈਂ ਲਿਆਈ ਹਾਂ ਫੋਨ ਨੰਬਰ ਵਿਆਹ ਤੋਂ ਆ ਲਈ ਹੈ ਨਾ 24 4 ਤਰੀਕ ਨੂੰ
ਫਿਰ ਆ ਕੇ ਆਉਂਦਾ ਤਿੰਨ ਮਹੀਨੇ ਦੇ ਬਾਜੀ ਮੈਨੂੰ ਨਾ ਮੁਖ ਦੀ ਪੈਸਿਆਂ ਤੋਂ ਬਗੈਰ ਹੀ ਕਰਾ ਦਿਆਂਗਾ। ਕਈ ਕੰਪਨੀਆਂ ਵੀਜ਼ਾ ਫ੍ਰੀ ਭੇਜਦੀਆਂ ਨੇ। ਨਹੀਂ ਇਹਦਾ ਜਿਹੜਾ ਇਲਾਜ ਹੈ ਨਾ ਉਹ ਵੀ ਮੁਫਤ ਪਿਆ ਹੁੰਦਾ ਇੱਥੇ ਕੋਈ ਉਹਦਾ ਸੈਂਟਰ ਹੈ ਤੇ ਆਉਂਦਾ ਤਿੰਨ ਮਹੀਨੇ ਬਾਜੀ ਕਰੇਗਾ ਨਾਲੇ ਤੇ ਇਹਦੇ ਜਰਾਸੀਮ ਖਤਮ ਹੋ ਜਾਣਗੇ ਤੇ ਨਾਲੇ ਇਹਦੀ ਸਿਹਤ ਹੋ ਜਾਏਗੀ ਸਹੀ। ਮੈਂ ਕਹਾਂ ਵਿਆਹ 10-15 ਸਾਲ ਹੋਏ ਪਿੰਦੇ ਨੇ ਜ਼ਿਆਦਾ ਹੋਏ ਨਹੀਂ ਥੋੜੇ ਦਨਾਨ ਦੇ ਵਿਆਹ ਤੇ ਕੋਈ ਮੰਨਦਾ ਹੀ ਨਹੀਂ ਸੀ ਕਿ ਇਹਦਾ ਵਿਆਹ ਦਨਾਨ ਦੇ ਵਿਆਹ ਤੇ ਮੇਰਾ ਵਿਆਹ ਹੀ ਨਹੀਂ ਸੀ ਵਿਆਹ ਹੀ ਨਹੀਂ ਸੀ ਮੈਂ ਕਿੱਥੋਂ ਆਣਾ ਆਹੋ ਦਨਾਨ ਦੇ ਵਿਆਹ ਤੇ ਸਾਰੇ ਆਉਂਦੇ ਸਨ ਇਹ ਤੇ ਲੱਗਦਾ ਹੀ ਨਹੀਂ ਵਿਆਹ ਇਹਦੇ ਘਰ ਮੁੰਡਾ ਹੋਇਆ ਅੱਛਾ ਉਹਦਾ ਮੁਈਜ਼ ਹੋਇਆ ਸੀ ਮਖਾਲਦਾ ਨੂੰ ਜਿਹੜੀ ਮੇਰੀ ਜਠਾਣੀ ਨਹੀਂ ਇਹਨੂੰ ਉਜ਼ਮਾ ਦੇ ਕੋਲ ਛੱਡ ਕੇ ਗਈ ਸਾਂ ਅਤੇ ਅਸੀਂ ਵਿਆਹ ਗਏ ਸਾਂ ਉਦੋਂ ਸਾਡੀ ਇੱਕ ਬੱਕਰੀ ਹੁੰਦੀ ਸੀ ਮਾਸ਼ਾਅੱਲਾ ਕਿਲੋ ਵਾਲਾ ਦੁੱਧ ਹੁੰਦਾ ਉਹਨਾਂ ਨੇ ਪਤੀਲਾ ਭਰ ਕੇ ਦੁੱਧ ਦਾ ਜਮ੍ਹਾਂ ਕਰ ਲਿਆ ਸੀ ਅੱਛਾ ਆਹੋ ਤੇ ਉਹ ਫਿਰ ਆਂਸੀ ਮੈਂ ਆਪਣੇ ਮੁੰਡੇ ਵਾਸਤੇ ਖੀਰ ਬਾਜੀ ਬੱਕਰੀ ਦੇ ਦੁੱਧ ਦੇ ਵਿੱਚ ਆਏ ਮਜ਼ੇ ਦੀ ਮਜ਼ੇਦਾਰ ਸਹੀ ਹੁੰਦੀ ਹੈ ਹਾਂ ਮਜ਼ੇਦਾਰ ਐਂਜੀ ਜ਼ਾਇਕਾ ਹੁੰਦਾ ਅਸੀਂ ਜਾ ਕੇ ਡੀਪਾ ਪਰ ਜਾ ਕੇ ਤੇ ਬੱਕਰੀ ਦੁੱਧ ਦੇ ਜੇ ਮਾਮੇ ਨੇ ਲੈ ਕੇ ਰੱਖੀ ਸੀ ਬੱਕਰੀ ਦੁੱਧ ਦੀ ਚਾਹ ਬਣਾ ਕੇ ਪੀਂਦੇ ਸਾਂ ਆਪੀ ਚੋ ਕੇ ਤੇ ਮੇਰੇ ਘਰ ਜਿਹੜੀ ਬੱਕਰੀ ਹੁੰਦੀ ਸੀ ਨਾ ਵੱਡਿਆਂ ਥਨਾਂ ਵਾਲੀ ਹੁੰਦੀ ਸੀ ਤੇ ਕਿਲੋ ਮਾਸ਼ਾਅੱਲਾ ਦੁੱਧ ਉਸ ਟਾਈਮ ਤੇ ਕਿਲੋ ਦਿੰਦੀ ਸੀ ਉਸ ਟਾਈਮ ਤੇ ਜਦੋਂ ਸੂਣ ਵਾਲੀ ਹੁੰਦੀ ਤਿੰਨ ਹੀ ਬੱਚੇ ਦਿੰਦੀ ਸੀ ਇੱਕ ਪਾਸੇ ਅੱਲਾ ਲਿਖਿਆ ਜਾਂਦਾ ਸੀ ਇੱਕ ਪਾਸੇ ਮੁਹੰਮਦ ਲਿਖਿਆ ਜਾਂਦਾ ਸੀ ਕਈਆਂ ਨੇ ਤਸਵੀਰਾਂ ਬਣਾਈਆਂ ਸਨ ਉਹਦੀਆਂ ਬੱਕਰੀ ਦੀਆਂ ਬਸ ਆ ਭਾਈ ਸਾਡੇ ਮਗਰ ਆ ਸਾ ਚੰਬੜਿਆ ਅਤੇ ਚਾਂਦ ਲਾਲ ਚਾਹ ਉਹਨੇ ਲਿਆ ਕੇ 16,000 ਰੁਪਇਆ ਫੜਮਾ 16,000 ਰੁਪਇਆ ਮੇਰੀ ਜਾਨ ਨਹੀਂ ਛੱਡਦਾ ਦੇ ਛੱਡੀਏ ਜਈ ਦਿੱਤੀ ਤਾਂ ਸਾਸਾਂ ਹੇਠਾਂ ਉਦੋਂ ਦਾ ਹੀ ਨਸ਼ਾ ਵੀ ਉਦੋਂ ਦੇ ਕਰਨ ਉਹਦੇ 'ਤੇ ਜਦੋਂ ਅਸਾਂ ਲਈ ਸੀ ਨਾ ਬੜੀ ਸਖਤ ਬੱਕਰੀ ਬਿਮਾਰ ਸੀ ਉਹਨੂੰ ਮੈਂ ਦਵਾਈਆਂ ਆ ਜਿਹੜਾ ਪਦੀਨੇ ਦਾ ਪਿਆਨੀ ਆ ਨਾ ਇਹ ਪਿਆਇਆ ਮਾਈ ਲਿਆ ਕੇ ਉਹਨੂੰ ਸ਼ੱਕਰ 'ਚ ਦਿੰਦੀ ਰਹੀ ਪਾਲਟਕਲ ਪਾਉਂਦੇ ਥੋੜੇ ਨਹੀਂ ਤਿੰਨੇ ਸੁੱਤੀਆਂ ਸਨ ਜਿਹਨੇ ਜਾਣਾ ਨਾ ਸਫਾਈ ਕਰੋ ਮੈਂ ਬੈਠੀ ਹਾਂ ਮੀਰਲ ਮੈਂ ਕਿਹਾ ਮੀਰਲ ਭਾਈ ਸੁਭਾ ਦਾ ਨਾਸ਼ਤਾ ਬਣਾਇਆ ਹੁਣ ਮੀਰਲ ਕੋਈ ਕੰਮ ਨਹੀਂ ਕਰਨਾ ਤੁਸੀਂ ਦੋ ਵਜੇ ਰੋਟੀ ਸ਼ਰਟੀ ਪਕਾ ਲੈਣੀ ਹਾਂ ਹੁਣ ਹੀ ਪਕਾਉਣ ਲੱਗੀ ਰੋਜ਼ੀ ਪਕਾਈਆਂ ਨੇ ਨਾ ਰੋਟੀਆਂ 4 ਦਿਨ ਰੋਜ਼ੀ ਵੀ ਪਕਾਈਆਂ ਉਸੇ ਦਿਨ ਪਤਾ ਮਾੜੀਆਂ ਚੰਗੀਆਂ ਪਕਾ ਲੈਂਦੀ ਹੈ ਹੁਣ ਲੱਗ ਪਈ ਮੀਰਲ ਵੀ ਬਣਾਉਣ ਮੈਂ ਕਿਹਾ ਉਹਨੇ ਸੁਬਹਾ ਦਾ ਨਾਸ਼ਤਾ ਬਣਾਇਆ ਹੁਣ ਤੁਹਾਡਾ ਕੰਮ ਹੈ ਸਫਾਈ ਕਰਨਾ ਤੁਸੀਂ 2 ਵਜੇ ਸਫਾਈ ਕਰੋ ਦਾਦੋ ਇਤਨੀ ਭਾਰੀ ਰਜ਼ਾਈ ਆ ਮੇਰੇ ਸੇ ਤੈਅ ਹੀ ਨਹੀਂ ਹੋਤੀ ਮੈਂ ਚੱਲ ਇਤਬਾਹ ਦੇ ਨਾਲ ਫੜਕ ਤੈਅ ਕਰਾ ਕੇ ਆ ਫਿਰ ਇੱਧਰ ਆਓ ਤਾਂ ਬੈੱਡ ਸਾਫ਼ ਕਰਕੇ ਦਈਏ ਤੁਹਾਨੂੰ ਉਹਨੇ ਸੁੱਤੀਆਂ ਮੈਂ ਕਿਹਾ ਮੈਂ ਉੱਧਰ ਚੱਲੀ ਤੁਸੀਂ ਸੋਵੋ ਕੁਛ ਮੌਸਮ ਵੀ ਇੰਝ ਦਾ ਆਇਆ ਹੈ ਨਾ ਰੋਜ਼ੀ ਨੇ ਕਾਲੀ ਫਰਾਕ ਮਿਸਮ ਦੀ ਪਾ ਕੇ ਉੱਤੇ ਪੁੱਫੀ ਨੂੰ ਪੋੜ ਦਿੱਤਾ ਪਾ ਕੇ ਅਜਾਬ ਰੋਜ਼ੀ ਮੈਨੂੰ ਤਾਂ ਲੱਗਦਾ ਤੁਸੀਂ ਫੈਸ਼ਨ ਸ਼ੋਅ ਤੇ ਜਾ ਰਹੇ ਹੋ ਕੌਣ ਆਂਦੀ ਅੰਕਲ ਆਰਾਮ ਸੇ ਬੈਠੇ ਮੈਂ ਤਾਂ ਪੇਪਰ ਦੇਣੇ ਜਾ ਰਹੀ ਹਾਂ ਉਹ ਰੱਬ ਵੱਲੋਂ ਹੀ ਉੱਤੇ ਉਹਨਾਂ ਸੈਂਸ ਸੂਨ ਕਰਾ ਕੇ ਪੈਸੇ ਲੈ ਲਏ 20 ਰੁਪਈਏ ਅਤੇ ਬਾਅਦ 'ਚ ਕਲਾਸ 'ਚ ਜਿਹੜੇ ਬੱਚਿਆਂ ਨੇ ਸਾਇੰਸ ਰੱਖਣੀ ਉਹ ਬੈਠੇ ਰਹੇ ਜਨਾਸ ਰੱਖਣੀ ਸਾਇੰਸ ਰੱਖੀ ਹੈ ਸਾਧੀਆਂ ਵੀ 10 ਪੂਰੀਆਂ ਸਾਇੰਸ ਨਾ ਕੀਤੀਆਂ ਨਾ ਸੈਰਾ ਨੇ ਅੱਗੇ ਵਾਲੀ ਸਾਈਡ ਤੇ ਤਾਂ ਬਹੁਤ ਜਾਂਦੀ ਨਹੀਂ ਕੀ ਕਰਾਂ ਮੈਨੂੰ ਕਿਸੇ ਨੇ ਦੱਸਿਆ ਅੰਡੇ ਦੇ ਵਿੱਚ ਨਾ ਸਪਰੈਡ ਦੀ ਬੋਤਲ ਪਾ ਕੇ ਨਾ ਮਿਕਸ ਕਰਕੇ ਤੇ ਉਹ ਲਾਓ ਤੇ ਸਿਕਰੀ ਚਲੀ ਜਾਂਦੀ ਸਪਰੈਡ ਦੀ ਬੋਤਲ ਪਾ ਤੋ ਵਾਲ ਚਕਨਾਈ ਨਾਲ ਨਾ ਹੋ ਜਾਣਗੇ ਮਿੱਠੇ ਮਿੱਠੇ ਅੰਡੇ ਵਿੱਚ ਪਾ ਕੇ ਦਹੀਂ ਲਾਈਦਾ ਸੀ ਹਾਂ ਦਹੀਂ ਦਾ ਵੀ ਮੈਂ ਸੁਣਿਆ ਦਹੀਂ ਦਾ ਸਹੀ ਹੈ ਉਹਨਾਂ ਦਹੀਂ ਬਚਿਆ ਹੀ ਨਾ ਲਾ ਲੈ ਅੱਜ ਤੁਹਾਡੀ ਭੈਣ ਉਂਝ ਹੀ ਆਈ ਸੀ ਮੈਂ ਕਿਹਾ ਹਾਂਜੀ ਨਾਸ਼ਤਾ ਕਰਕੇ ਆਇਓ
ਨਹੀਂ ਹਜੇ ਤਾਂ ਸੁੱਤੀਆਂ ਸਨ ਮੈਂ ਕਿਹਾ ਚਲੋ ਕਰ ਲਓ ਨਹੀਂ ਮੈਂ ਨਹੀਂ ਕਰਨਾ ਕਰਾਇਆ ਹੀ ਨਾ ਆਹੋ ਚਲੋ ਸਹੀ ਪਕਾਇਆ ਕੀ ਹੈ ਮੈਂ ਕਿਹਾ ਰਾਤੀ ਗੋਂਗ ਪਕਾਏ ਸਨ ਮਾਸ਼ਾ ਡੇਢ ਵਜੇ ਰੋਟੀ ਖਾਧੀ ਨੇ ਚਾਹ ਪੀਤੀ ਚਲੋ ਸਹੀ ਮੈਂ ਹੁਣ ਮੈਂ ਰੱਜ ਗਈ ਚੰਗਾ ਗੱਲ ਕੀਤੀ ਤੇ ਸ਼ਬਾਦ ਕਹਿੰਦਾ ਅੰਮੀ ਆ ਗਏ ਓ ਆਂਦੇ ਨੇ ਆਹੋ ਮੈਂ ਆ ਗਈ ਆ ਆਸਮਾ ਵੀ ਆ ਗਈ ਆਂਦੇ ਨੇ ਆਹੋ ਆ ਗਈ ਏ ਆਸਮਾ ਨੇ ਆਉਣਾ ਸੀ ਤੇ ਮੈਂ ਆਉਣਾ ਸੀ ਨਾ ਤੇ ਅੱਗੋਂ ਆਸਮਾ ਨਹੀਂ ਲਾਇਆ ਤੁਸੀਂ ਕਦੀ ਆਉਂਦੇ ਹੋ ਮੇਰਾ ਘਰ ਕੋਨੇ ਦੇ ਕਦੀ ਆਉਂਦੇ ਹੋ ਤੁਸੀਂ ਆਸਮਾ ਨੇ ਆਉਣਾ ਸੀ ਆਹੋ ਉਸ ਦੇ ਮੈਨੂੰ ਵੀ ਦੱਸ ਸਿਰ ਚ ਹੱਸਦੇ ਆ ਨਾ ਮੈਨੂੰ ਆਉਂਦੇ ਨੇ ਸਭਾ ਮੈਂ ਨਾ ਇਹ ਗੱਲ ਕੀਤੀ ਹੈ ਮੇਰਾ ਨਾ ਘਰ ਕੋਈ ਨਹੀਂ ਹੈ ਮੇਰਾ ਕਿਹੜਾ ਕੋਈ ਘਰ ਹੈ ਤੇ ਮਾਇਦਾ ਨਾਲ ਗੱਲ ਕੀਤੀ ਤੇ ਮਾਇਦਾ ਨੇ ਰਾਤ ਚ ਚੁਗਲੀ ਲਾ ਜਿਹੜੀ ਅਸਮਾ ਨੂੰ ਇਹ ਵੀ ਉਹ ਸੁਣਾਉਣ ਦੇ ਅਸਮਾ ਉੱਠ ਕੇ ਸੁਭਾ ਮੈਨੂੰ ਆ ਕੇ ਮੈਂ ਕਿਹਾ ਬਾਜੀ ਮੇਰੀ ਗੱਲ ਸੁਣੋ ਅਸੀਂ ਕਰਨੀ ਆਪਣੇ ਧਿਆਨ 'ਚ ਗੱਲ ਅਤੇ ਕੋਈ ਬੰਦਾ ਕਿਸ ਸੈਂਸ ਵਿੱਚ ਲੈ ਲੈਂਦਾ ਤਾਂ ਨਹੀਂ ਕਿਸੇ ਨੂੰ ਬੁਰਾ ਲੱਗਦਾ ਤੁਸੀਂ ਨਾ ਗੱਲ ਕਰਿਆ ਕਰੋ ਅਰਜ਼ਾਕ ਨੂੰ ਦੱਸਦੇ ਹਨ ਅਰਜ਼ਾਕ ਦਾ ਫੋਨ ਆਇਆ ਮੈਨੂੰ ਵੀ ਇਹ ਗੱਲ ਸੁਣਾਈ ਨੇ ਆਉਂਦੇ ਨੇ ਆਹੋ ਗਈ ਮਾਇਦਾ ਨਹੀਂ ਤੁਹਾਡੀਆਂ ਤੇ ਵੀਡੀਓ ਤੁਸਾਂ ਦੇ ਬਣਾ ਬਣਾ ਨੈੱਟਾਂ 'ਤੇ ਚਾੜੀਆਂ ਐ ਮੈਨੂੰ ਲੱਗਦਾ ਹਰੇਕ ਵਾਰ ਆਂਟੀ ਨੇ ਮੇਰਾ ਤੇਲ ਲਾਇਆ ਸੀ ਹੋਰ ਹੁਣ ਲਵਾਇਆ ਆਂਟੀ ਪਹਿਲੀ ਦਫ਼ਾ ਕਿੱਦਾਂ ਹੁਣ ਜਦੋਂ ਪਰਸੋਂ ਗਏ ਤੇ ਉਹ ਤੇ ਉਸ ਵਕਤ ਘਰ ਹੀ ਨਹੀਂ ਸੀ ਮੌਜੂਦ ਉਹ ਜਿਹੜੀ ਹੈ ਮਾਇਦਾ ਪਤਾ ਨਹੀਂ ਇੰਨੀ ਗੱਲ ਕਰਦਾ ਅਸਮਾ ਨੇ ਆਖਿਆ ਭਾਬੀ ਮਾਇਦਾ ਨਹੀਂ ਕਿਹਾ ਨਾ ਅਸਮਾ ਨੇ ਦੱਸਿਆ ਹੋਣਾ ਤੁਸੀਂ ਵੀਡੀਓ ਬਣਾ ਬਣਾ ਤਾਂ ਹੀ ਤੁਹਾਡੀਆਂ ਅੱਜ ਕੱਲ੍ਹ ਬੜੀਆਂ ਵੀਡੀਓ ਚੱਲ ਰਹੀਆਂ ਨੈਟ 'ਤੇ ਆਉਂਦੇ ਨੇ ਮੈਂ ਆਪਣੀ ਭਰਜਾਈ ਨੂੰ ਤੇਲ ਲਾਇਆ ਕਿਹੜਾ ਗਲਤ ਕੀਤਾ ਹੈ ਉਹਨੇ ਤਾਂ ਮੈਨੂੰ ਮਿਹਣੇ ਮਾਰਦੀਆਂ ਨੇ ਅੱਜ ਕੱਲ ਲੋਕੀ ਹੋਰ ਸੈਂਸ ਚ ਲੈ ਲੈਂਦੇ ਨੇ ਨਿੱਕੇ ਨਿੱਕੇ ਬਾਲ ਏਡੇ ਪੱਕੇ ਪਿੱਠੇ ਨੇ ਤੇ ਤੁਸੀਂ ਨਾ ਗੱਲ ਕਰਿਆ ਕਰੋ ਲੈ ਮੈਂ ਤੇ ਉਂਝ ਗੱਲ ਕੀਤੀ ਤੇ ਉਹਨੇ ਮਿੰਟ 'ਚ ਚੁਗਲੀ ਮੇਰੀ ਲਾਸ਼ ਆਹੋ ਅੱਜ ਵੀ ਕੱਲ ਹੋਈ ਗੱਲ ਤੇ ਮੇਰੇ ਨਾਲ ਲੜੀ ਹੈ ਆਂਦੇ ਮੈਂ ਕੋਈ ਗਲਤ ਗੱਲ ਕੀਤੀ ਆਸਮਾ ਨੇ ਆਉਣਾ ਸੀ ਤੇ ਮੈਂ ਘਰ ਆਉਣਾ ਸੀ ਨਾ ਬੰਦੇ ਉਹਨੇ ਅਰਜ਼ਾਕ ਨੂੰ ਦੱਸਦੇ ਹਨ ਵੀ ਤੇਰੀ ਜਨਾਨੀ ਨੇ ਇੰਝ ਕੀਤਾ ਸੀ ਉਹ ਅਗਲਾ ਮੈਨੂੰ ਲੱਗਦਾ ਚੁੱਪ ਕਰਕੇ ਸੁਣਦਾ ਸੀ ਆਉਂਦਾ ਨਾ ਮਾਂ ਮੇਰੀ ਪਤਾ ਨਹੀਂ ਚੱਲਦਾ ਨਹੀਂ ਤੇ ਫਿਰ ਘਰ ਵੀ ਤੇ ਬਚਾਉਣਾ ਨਾ ਹੁਣ ਫਿਰ ਇਸ ਤੋਂ ਵੱਡੀ ਕੀ ਗੱਲ ਹੈ ਫਿਰ ਨਾ ਜੋ ਮੁਕੱਦਰਾਂ 'ਚ ਹੁੰਦਾ ਮਿਲ ਜਾਂਦਾ ਅਤੇ ਫਿਰ ਘਰ ਵੀ ਤੇ ਬਚਾਉਣਾ ਪੈਂਦਾ ਹੁਣ ਮਾਵਾਂ ਹੀ ਤਾਂ ਨਹੀਂ ਨਾ ਸਭ ਕੁਛ ਹੁੰਦੀਆਂ ਬੀਵੀਆਂ ਵੀ ਹੁੰਦੀਆਂ ਨੇ ਕਈ ਬੀਵੀਆਂ ਨੂੰ ਰੱਖ ਲੈਂਦੇ ਕਈ ਦੋ ਵੀ ਰਿਸ਼ਤੇ ਬਚਾ ਲੈਂਦੇ ਨੇ ਬਾਜੀ ਦੋਵੇਂ ਸਾਡਾ ਰੱਖਣੀਆਂ ਚਾਹੀਦੀਆਂ ਨੇ ਮੈਂ ਕਹਿੰਦੀ ਹਾਂ ਜਿੱਥੇ ਮਾਂ ਗਲਤ ਹੈ ਮਾਂ ਨੂੰ ਗਲਤ ਕਹੋ ਜਿੱਥੇ ਬੀਵੀ ਗਲਤ ਹੈ ਬੀਵੀ ਨੂੰ ਐਂ ਨਹੀਂ ਕਿ ਤੁਸੀਂ ਇੱਕ ਤਰਫ ਦਾ ਹੋਈ ਹੋ ਕਹਿੰਦੇ ਮੁੰਡਾ ਇੰਨੀਆਂ ਗੱਲਾਂ ਕਰਦਾ ਹੈ ਜਿਹੜਾ ਕੋਈ ਹਿਸਾਬ ਨਹੀਂ ਉਹ ਜਿਹੜਾ ਜੇ ਭਾਬੀ ਮਾਂ ਇਹਨਾਂ ਦਾ ਫਾਦੀ ਆਹੋ ਆਹੋ ਮਜ਼ਾਕ ਨੂੰ ਦੱਸਦੇ ਹਨ ਵੀ ਇੰਨੀਆਂ ਗੱਲਾਂ ਕਰਦਾ ਹੈ ਜਿਹੜਾ ਕੋਈ ਹਿਸਾਬ ਨਹੀਂ ਇੱਥੇ ਹੀ ਰਹਿੰਦੇ ਨੇ ਇਹਨਾਂ ਘਰ ਹੀ ਨੇ ਮੈਨੂੰ ਲੱਗਦਾ ਮਕਾਨ ਛੱਡਦੇ ਨਾ ਪਏ ਦੱਸਦੇ ਸਾਂ ਇੱਧਰ ਹੀ ਦੋਵੇਂ ਮਾਂ ਪੁੱਤਰ ਰਹਿੰਦੇ ਉਹ ਪੇਕੇ ਗਈ ਹੈ ਦੂਸਰੇ ਵਾਲੀ ਜਿਹੜੀ ਹੈ ਇਹ ਦੋਵੇਂ ਮਾਵਾਂ ਤੇ ਦੋਵੇਂ ਮਾਂ ਪੁੱਤਰ ਇੱਧਰ ਰਹਿੰਦੇ ਨੇ ਅੱਛਾ ਮੈਂ ਕਿਹਾ ਇਹਦੀ ਕੁਛ ਮੰਗਣੀ ਮੰਗਣੀ ਹੈ ਜਿਹੜਾ ਘਰ ਬਣਦਾ ਪਿਆ ਕਹਿੰਦੇ ਨੇ ਢਿੱਡੋਂ ਕੋਈ ਨਹੀਂ ਦੱਸਦਾ ਹੈ ਮੈਨੂੰ ਕੀ ਪਤਾ ਹੈ ਕੋਲ ਹੀ ਫਿਰਦਾ ਸੀ ਪਿਆ ਅੱਛਾ ਹਾਂ ਆਂਟੀ ਨਾਲ ਗੱਲ ਇੰਝ ਕਰ ਅਗਲੇ ਬੰਦੇ ਨੂੰ ਗੁੱਸਾ ਲੱਗ ਜਾਂਦਾ ਨਾ ਬਾਜੀ ਸਿੱਧੀਆਂ ਸਿੱਧੀਆਂ ਕਰਦੇ ਨੇ ਨਾ ਅੱਗੇ ਨਾ ਇੰਨੀ ਆਸ਼ਾ ਨੇ ਵੀ ਦੋ ਪੈਕਟ ਮੰਗਾਇਆ ਤੇ ਜੂੰ ਗਈ ਉਹਨਾਂ ਘਰ ਜੂੰ ਗਈ ਤਾਂ ਆਉਂਦੇ ਨੇ ਇਹ ਆਉਂਦੀ ਨਾ ਤੇ ਮੈਂ ਇਹਨੂੰ ਪੁੱਛਣੀ ਆ ਆਪਣੇ ਘਰ ਵਾਲੀ ਨਹੀਂ ਮੈਂ ਆਖਿਆ ਉਹਨੇ ਆਖਣਾ ਉਹ ਆਂਟੀ ਉਜਮਾ ਨੇ ਕਿਹਾ ਤਾਂ ਆਂਟੀ ਲੱਗੇ ਮੈਂ ਨਾ ਕੋਈ ਜ਼ਰੂਰਤ ਨਾ ਪੁੱਛਣ ਦੀ ਇੰਨੀ ਗੱਲ ਕੀਤੀ ਹਾਲੇ ਤੇਰੇ ਕਿਹੜੇ ਮੁੰਡਾ ਕਿਹੜੇ ਵੇਲੇ ਦਾ ਘਰ ਹੈ ਤੈਨੂੰ ਪਤਾ ਹੀ ਨਹੀਂ ਤੂੰ ਜਾ ਕੇ ਉੱਥੇ ਬਹਿ ਰਹੀ ਬੋਲੀ ਨਹੀਂ ਨਹੀਂ ਆਉਂਦੀ ਸੀ ਆਂਟੀ ਮੈਨੂੰ ਪਤਾ ਇਹ ਆਇਆ ਸੀ ਫਿਰ ਆਈ ਕਿ ਆਉਣੀ ਸੈ ਇਹ ਵੀ ਉੱਧਰ ਟੁਰ ਗਿਆ ਸੀ ਗੱਲ ਕਰਨਾ ਨਾ ਬਾਸ ਨਹੀਂ ਮੁੜਦੇ ਮੈਂ ਫਿਰ ਆਖਿਆ ਮੈਂ ਨਾ ਆਂਟੀ ਘਰੇ ਆ ਰਿਸ਼ਤੇ ਜਾ ਮੇਰੇ ਸਾਹਮਣੇ ਜ਼ਿਆਦਾ ਦੋ ਦੋ ਘੰਟੇ ਬਹਿੰਦੀ
ਚਾਹਵਾਂ ਆਪ ਨੂੰ ਪਤਾ ਕੋ ਚਾਹ ਬੜੀ ਖੁਸ਼ ਹੋ ਕੇ ਪੀਂਦੀ ਹੈ ਫਿਰ ਆ ਕੇ ਅੱਛਾ ਚਾਹ ਪਕਾ ਫਿਰ ਉੱਥੇ ਹੀ ਮੰਗਾ ਕਦੀ ਘਰੋਂ ਪਕਾ ਕੇ ਲੈ ਜਾਂਦੀ ਬਾਜੀ ਗੋਸਰ ਵਾਲੀ ਕਦੀ ਅੱਜ ਵੀ ਪੈਕਟ ਮੰਗਾਇਆ ਸੀ ਸਿੱਧਾ ਲੈ ਕੇ ਉੱਥੇ ਟੁਰ ਗਈ ਸੀ ਆ ਜਾਈ ਮੈਂ ਕਹਾਂ ਜ਼ਾਹਰੇ ਸਾਡੇ ਨਾਲ ਤਾਂ ਬੋਲ ਚਾਲ ਨਹੀਂ ਤੇ ਫਿਰ ਹੁਣ ਕਿਸੇ ਨਾਲ ਤਾਂ ਸਲੂਕ ਰੱਖਣਾ ਹੈ ਇਹ ਨਾਲ ਲਗਾ ਗੋਸਰ ਜਿਹੜੀ ਆ ਉਹ ਮੇਰੀ ਦਰਾਣੀ ਜਿਹੜੀ ਮੈਂ ਕੋਈ ਗੱਲ ਮੇਰੀ ਸਭ ਕਰ ਵੀ ਆਉਂਦੀ ਰਹੀ ਉਸਮਾਨ ਸੱਸ ਨੂੰ ਆਹ ਇਹਨੂੰ ਰੋ ਕੇ ਮੈਂ ਕਿਉਂ ਰੋਕਾਂ ਜਿੱਥੇ ਮਰਜ਼ੀ ਜਾਣ ਮੈਂ ਨਹੀਂ ਟਿਕਣਾ ਕਰਕੇ ਇੱਕ ਕਰਕੇ ਦੱਸ ਸੁਣਨੀਆਂ ਤਾਂ ਫਾਇਦਾ ਮੈਂ ਜਿੰਨੀ ਕਰਾ ਲਈ ਮੈਂ ਕਦੇ ਬੋਲਣੀ ਹੈ ਬੜੀ ਬੰਦੇ ਵਾਸਤੇ ਇਸ਼ਾਰਾ ਹੀ ਕਾਫੀ ਮੈਂ ਜਿਉਂ ਜਿਉਂ ਕਰਨੀ ਆ ਨਾ ਮੈਨੂੰ ਭਾਬੀ ਫਾਹਰਾ ਯਾਦ ਆ ਜਾਂਦਾ ਮੈਨੂੰ ਨਾ ਪਰਸੋਂ ਗਈ ਮਾਮੀ ਫਾਹਰਾ ਖਾਬ ਚ ਮਿਲੇ ਚਿੱਟਾ ਸੂਟ ਪਾਇਆ ਨਾ ਮਾਸ਼ਾ ਇਡੇ ਸੋਹਣੇ ਲੱਗਦੇ ਨੇ ਤੇ ਚਿੱਟਾ ਸੂਟ ਪਾਇਆ ਜੇ ਜੇ ਨਾ ਪਹਿਲਾਂ ਕੀ ਕਹਿੰਦੇ ਨੇ ਜਿਹੜਾ ਨਾਨੂ ਹੋਰਾਂ ਦਾ ਪਹਿਲਾਂ ਘਰ ਨਹੀਂ ਸੀ ਹੁੰਦਾ ਨੀਵਾਂ ਜੇ ਅੰਦਰ ਸਾਹਮਣਾ ਕਮਰਾ ਐਂਜੀ ਅੰਦਰ ਤੇ ਐਂਜੀ ਮਾਮੀ ਫਾਹਰਾ ਬੈਠੇ ਨੇ ਤੇ ਮਾਮੂ ਕੁਰਸੀ ਦੇ ਉੱਤੇ ਬੈਠੇ ਮਾਮੂ ਕੱਪੜੇ ਸੀਨ ਨੇ ਤੇ ਮਾਮੀ ਕੁਰਸੀ ਤੇ ਬੈਠੇ ਨੇ ਤੇ ਮੈਂ ਹਰੇ ਕੀ ਚੁੱਕਣ ਲੱਗੀ ਤੇ ਆਉਂਦੇ ਨੇ ਚੱਲ ਨੀ ਅੱਗੇ ਤੂੰ ਸਾਡੀ ਪੇਟੀ ਲੈ ਗਈ ਹੈ ਤੇ ਹੁਣ ਤੂੰ ਸਟੈਂਡ ਚੁੱਕਣ ਲਈ ਮੈਂ ਕਿਹਾ ਮਾਮੀ ਮੈਂ ਨਹੀਂ ਅੰਮੀ ਮੈਂ ਕਿਹਾ ਮੈਨੂੰ ਤੇ ਅੰਮੀ ਨੇ ਭੇਜਿਆ ਜਾ ਜਾ ਕੇ ਪਹਿਲਾਂ ਯਾਨੀ ਕਿ ਪੇਟੀ ਲਿਆਉਂਦੀ ਤੇ ਹੁਣ ਸਟੈਂਡ ਵੀ ਲਿਆ ਉੱਤੇ ਰੱਖਣੀ ਨਹੀਂ ਪੇਟੀ ਮੈਨੂੰ ਮਾਮੀ ਨੇ ਨਾ ਸਟੈਂਡ ਨਹੀਂ ਚੁੱਕਣ ਦਿੱਤਾ ਆਹਦੇ ਚੱਲ ਨਹੀਂ ਅੱਗੇ ਸਾਡੀ ਪੇਟੀ ਲੈ ਗਈ ਤੂੰ ਹੁਣ ਸਟੈਂਡ ਲੈਣ ਆ ਗਈ ਤੂੰ ਜਿੰਝ ਕਰਦੇ ਨੇ ਗੱਲਾਂ ਇੰਨੀ ਦੇਰ 'ਚ ਮੇਰੀ ਮੈਂ ਅੱਖ ਖੁੱਲ ਗਈ ਮੈਂ ਮਾਸ਼ਾ ਇਡੇ ਸੋਹਣੇ ਮਾਮੀ ਲੱਗਦੇ ਚਿੱਟੇ ਸੂਟ ਪਾਇਆ ਬਾਜੀ ਪਹਿਲਾਂ ਬੜੀ ਮੋਟੀ ਹੁੰਦੇ ਸਨ ਆਹੋ ਸਹੀ ਸੀ ਨਾ ਇਡੀ ਮੋਟੀ ਸੀ ਨਾ ਮਾੜੀ ਸੀ ਸਹੀ ਸੀ ਗੁਬਲੋ ਜੀ ਗਈ ਸੀ ਇਹ ਬਿਮਾਰੀ ਨੇ ਫੜ ਕੇ ਟੇਡੇ ਟੇਡੇ ਰਹਿ ਗਿਆ ਸੀ ਨਾਲੇ ਪ੍ਰੇਜ਼ ਨਹੀਂ ਸੀ ਨਾ ਕਰਦੇ ਨਹੀਂ ਸੀ ਕਰਦੀ ਉਹ ਅੱਲਾ ਜਨਤਾ ਚ ਕਰ ਦੇਵੇ ਸੋ ਕੋਈ ਗੱਲ ਨਹੀਂ ਹਾਂ ਮਿਲਿਆ ਸੀ ਮੈਨੂੰ ਬਦਲ ਪਰਸੋਂ ਚੋ ਜਿੱਦਣ ਮੈਂ ਬੀਨਾ ਵੱਲੋਂ ਨਹੀਂ ਸਾਈ ਹਾਂ ਉਦੋਂ ਰਾਹ 'ਚ ਮੈਨੂੰ ਮਿਲਿਆ ਸੀ ਜੱਫਾ ਪਾਕ ਮਿਲਿਆ ਸੀ ਮੈਂ ਸੁਣਾ ਸਾਰੇ ਜੀ ਠੀਕ ਠਾਕ ਭਾਬੀ ਠੀਕ ਠਾਕ ਕਹਿੰਦੇ ਆਹੋ ਠੀਕ ਹੈ ਦੋ ਤਿੰਨ ਵਾਰਾਂ ਮੰਗਈਆਂ ਤੇ ਮੈਂ ਆਖ ਕੇ ਆਈ ਹਾਂ ਅੱਛਾ ਮੈਂ ਕਿਹਾ ਪੁੱਤਰ ਹਾਂ ਤੇਰੇ ਸਹੁਰੇ ਨੇ ਜਦੋਂ ਦਿਲ ਕਿਤੇ ਜਿਵੇਂ ਜਿਵੇਂ ਛੁੱਟੀ ਹੁੰਦੀ ਹੈ ਮੀਨ ਨੂੰ ਨਾਲ ਲੈ ਕਦੀ ਕਿਸੇ ਫੁੱਫੀ ਕੋਲ ਟੁਰ ਗਏ ਮਿਲ ਫਿਲ ਜਾ ਰਿਹਾ ਹੈ ਕਦੀ ਉਸ ਮੈਂ ਕਿਹਾ ਹੁਣ ਮਰਜ਼ੀ ਹੈ ਨਾ ਉਹਦੀ ਆਵੇ ਨਾ ਆਵੇ ਚਲੋ ਸਾਡੇ ਕੋਲ ਜੋ ਸਰਿਆ ਬਣਿਆ ਸਾਂ ਕੀਤਾ ਹੁਣ ਮਰਜ਼ੀ ਕੋਲ ਨਹੀਂ ਉਹ ਕੁੜੀ ਕੋਲ ਨਹੀਂ ਆਉਂਦੀ ਜਾਂਦੀ ਕਿਸੇ ਵੱਲ ਕਿਸੇ ਵੱਲ ਵੀ ਨਹੀਂ ਆਈ ਹੈ ਸਗੋਂ ਸਲਮਾਨ ਪਿਆ ਆਉਂਦਾ ਸੀ ਸਾਦੀਆ ਮੈਂ ਤੈਨੂੰ ਲਿਆ ਕੇ ਦੇਣਾ ਵਾਂ ਚੀਜ਼ਾਂ ਅਤੇ ਸ਼ੇਜ਼ੀ ਦੀ ਵੀ ਅਤੇ ਸਮੀਉੱਲਾ ਦੀ ਰੋਟੀ ਪਕਾ ਲੈ ਕਹਿੰਦੀ ਮੈਂ ਠੀਕ ਹੋ ਲਾ ਮੇਰੇ 'ਚ ਅਜੇ ਨਹੀਂ ਹਿੰਮਤ ਨਹੀਂ ਪਰਾਹੁਣੇ ਆ ਜਾਣ ਤਾਂ ਫਿਰ ਪਤਾ ਕੰਮ ਕਿੰਨਾ ਵੱਧ ਜਾਂਦਾ ਅਤੇ ਹਜੇ ਨਹੀਂ ਰਹਿਣ ਦਿਓ ਹਜੇ ਉਹ ਸੋ ਲੈ ਭੈਣ ਉਹ ਵੀ ਸਹੀ ਪੇਂਡੂ ਬਣਿਆ ਜਿਸ ਤਰ੍ਹਾਂ ਕਾ ਬਾਬਾ ਨੇ ਕੋਟ ਪਹਿਨਾ ਮੈਨੂੰ ਇਸ ਤਰ੍ਹਾਂ ਕਾ ਕੋਟ ਚਾਹੀਏ ਅੱਛਾ ਮੈਂ ਕਿਹਾ ਫਿਰ ਤਾਂ ਨਹੀਂ ਆ ਮੈਂ ਬਾਬਾ ਬਣਨਾ ਹਾਂ ਲੈ ਆ ਤੈਨੂੰ ਪਿਓ ਕੁੜੀ ਸੁਥਰੀ ਹੈ ਉਹਨੇ ਨਾ ਘਰ ਦੀਆਂ ਇੱਟਾਂ ਗੰਦੀਆਂ ਹਨ ਉਹਨੇ ਪਰੋਲੀ ਮਾਰ ਮਾਰ ਕੇ ਬੜਾ ਸਾਫ਼ ਸੁਥਰਾ ਘਰ ਰੱਖਿਆ ਮੇਰਾ ਬੜਾ ਦਿਲ ਖੁਸ਼ ਹੋਇਆ ਭਾਂਡੇ ਵੀ ਉਹਨੇ ਧੋ ਧਾ ਕੇ ਚਮਕਦੇ ਸਨ ਪਏ ਭਾਂਡੇ ਉਹਨੇ ਕੰਮ ਹੀ ਬੜੀ ਹੈ ਆਹੋ ਬੜਾ ਸਾਫ਼ ਸੁਥਰਾ ਘਰ ਸੀ ਉਹਨੇ ਬਣਾਇਆ ਉੱਦਣ ਮੰਗਈ ਸਾ ਮੇਰਾ ਬੜਾ ਦਿਲ ਖੁਸ਼ ਹੋਇਆ ਸੀ ਵੇਖ ਕੇ ਸਫਾਈ ਹਾਂ ਸਫਾਈ ਪਸੰਦ ਹੈ ਕੁੜੀ ਚਲੋ ਅੱਛੀ ਗੱਲ ਹਰੇ ਕਿਹਦੇ ਕੋਲ ਮੈਂ ਸੁਣਿਆ ਕਿ ਉਹਦੇ ਹੈ ਸੋ ਅਨਾਮ ਨੇ ਮੈਨੂੰ ਦੱਸਣਾ ਯਾਦ ਨਹੀਂ ਕਿਸੇ ਨੇ ਗੱਲ ਕੀਤੀ ਹੈ ਉਹਨੇ ਮੈਸੇਜ ਕੀਤਾ ਸੀ ਕਿ ਆਹੋ ਇਹਨੇ ਕਿ ਆਪ ਹੀ ਇਸਕੋ ਗਰਮ ਚੀਜ਼ਾਂ ਨਹੀਂ ਨਾ ਖਾਣੀ ਚਾਹੀਏ ਹਾਂਜੀ ਮੈਂ ਕਿਹਾ ਕਿਉਂ ਸਰਦੀ ਹੈ ਖਾਣੀ ਚਾਹੀਏ ਹਾਂਜੀ ਹੁਣ ਮੈਨੂੰ ਖੋਤੀ ਨੂੰ ਸਮਝ ਬਾਅਦ 'ਚ ਲੱਗੀ ਭਾਵੇਂ ਇਹ ਮਸਲਾ ਹੋ ਚਲੋ ਮੈਂ ਕਿਹਾ ਚੰਗਾ ਸਗੋਂ ਅੱਲਾ ਧਿਆਨ ਨਹੀਂ ਲਾਏ ਸਾਰੀ ਉਮਰ ਲੋਕਾਂ ਦੇ ਬਾਲ ਖਡਾਉਂਦਾ ਰਿਹਾ ਸਾਡਾ ਵੀ ਬੜਾ ਖੁਸ਼ ਹੋ ਕੇ ਬੱਚਿਆਂ ਨੂੰ ਪਿਆਰ ਕਰਦਾ ਨਾਲ ਲੈ ਕੇ ਗਈ ਨਾ ਨਾਇਆ ਨੂੰ ਤੇ ਉਹਨੂੰ ਆਂਦਾ ਮੁੰਜੇ ਇਹ ਬਿਸਕੁਟ ਦੇ ਨਾਇਆ ਨੂੰ ਭੁੱਖ ਲੱਗੀ ਸਟੁਰਦੀ ਮੇਰੇ ਨਾਲ ਉੱਥੇ ਗਈ ਨਾਇਆ ਪੂਰਾ ਬਿਸਕੁਟ ਖਾ ਲਿਆ ਮੈਨੂੰ ਦੇਵੇ ਤੇ ਦਾਦੇ ਨੂੰ ਕੋਈ ਨਾ ਦੇਵੇ ਉਹ ਆਂਦਾ ਵੇਖਿਆ ਮੈਂ ਨਹੀਂ ਲਾ ਕੇ ਦਈਏ ਨਾ ਮੁੰਜੇ ਵੀ ਦਿਓ ਬੋਲੇ ਨਹੀਂ ਮੈਂ ਨਹੀਂ ਖਾਣੇ ਹੈ ਪੂਰਾ ਬਿਸਕੁਟ ਖਾ ਲਿਆ ਇੱਕ ਘਰੇ ਮੈਨੂੰ ਦੀ ਤੋ ਚਾ ਦਿਨ ਦੇ ਵਿੱਚ ਫਿਰਦਾ ਨਹੀਂ ਖਾਓ ਮੁੰਜੇ ਨਹੀਂ ਭੁੱਖ ਮੈਂ ਤਾਂ ਵੈਸੇ ਹੀ ਲੱਗਾ ਵਾ ਉਹਨੇ ਘਰ ਦੋ ਆਂਡੇ ਸਨ ਦੋ ਉਬਾਲ ਕੇ ਉਹ ਸਾਡੇ ਅੱਗੇ ਤਰੇ ਨਾਲ ਚਾਹ ਬਣਾ ਕੇ ਦਿੱਤੀ ਕੁੜੀ ਨੇ ਆਹੋ ਅੱਛਾ
ਤੇ ਚੁੱਕ ਕੇ ਫਿਰ ਛੱਡ ਕੇ ਥੱਲੇ ਗਿਆ। ਫਿਰ ਬਦਰ ਨੂੰ ਆਉਂਦਾ ਜਾ ਫੁੱਫੀ ਨੂੰ ਨਾ ਘਰ ਲਾ ਆ। ਬਦਰ ਉਹ ਤਾਂ ਮੀਨਾ ਦੇ ਘਰ, ਮੈਂ ਆਖਿਆ ਮੈਨੂੰ ਛੱਡ ਜਾ ਬੀਨਾ, ਵਾਵਾ ਦਿਨ ਹੋ ਗਏ ਮੈਂ ਗਈ ਨਹੀਂ। ਉਹ ਬੀਨਾ ਦੀ ਸ਼ੂਗਰ ਤੇਜ਼ ਹੋਈ ਸੀ, ਆਮਨਾ ਦੀ ਆਂਟੀ ਮੈਂ ਹੁਣ ਦਵਾਈ ਖਵਾ ਕੇ ਨਾ ਮੀਨੂ ਬਸ ਬੀਨਾ ਅੱਗੇ ਨਾ ਮਾੜੇ ਨਹੀਂ ਲੱਗੇ ਮੈਨੂੰ, ਮੈਨੂੰ ਤਾਂ ਸੋਸ ਨਹੀਂ ਲੱਗੀ, ਮੈਨੂੰ ਮਾੜੇ ਲੱਗੇ। ਅੱਛਾ ਹੋ ਸਕਦਾ, ਆਉਂਦੇ ਨਾ ਅਜੇ ਹੁਣ ਨਹੀਂ ਲੇਟੇ ਨੇ, ਮੈਂ ਆਖਿਆ ਰਹਿੰਦੇ ਫਿਰ ਸੁੱਤੀ ਰਹਿੰਦੇ ਸੀ, ਮੈਂ ਟੁੱਟ ਜਾਣੀ ਆ। ਫਿਰ ਮੈਂ ਆ ਗਈ, ਫਿਰ ਮੈਂ ਉਦਣ ਗਈ ਸੀ। ਸਭਾ ਬੜਾ ਰੋਂਦੀ ਆ, ਕੌਣ ਤੇਰੇ ਮੁਕੱਦਰਾਂ ਚ ਸੀ ਉਹਦੇ, ਤਾਂ ਹੀ ਇੰਨਾ ਪਿਆਰ ਕਰਨ ਲੱਗ ਪਿਆ ਸੀ ਉਹਦੇ ਦਿਨ ਥੋੜ੍ਹੇ ਸਨ। ਪਿੱਛੇ ਬਾਜੀ ਇੰਨੇ ਨਹੀਂ ਜੇ ਵਾਲ ਹੈ ਚਿੱਟੇ, ਹਨਾ? ਆਹੋ ਅੱਗੇ ਅੱਗੇ ਨੇ, ਅੱਗੇ ਬਹੁਤ ਜ਼ਿਆਦਾ ਨੇ ਬਾਜੀ ਦੇ। ਆਂਟੀ ਮਨਜ਼ੂਰਾਂ ਸੋ ਆਉਂਦੇ ਨੇ ਉਹਨਾਂ ਕੋਲ ਸਿਰ 'ਚ ਸਾਇਆ ਕਰੋ, ਅਤੇ ਬੜੇ ਸ਼ੌਕ ਨਾਲ ਚੱਸਦੇ ਨੇ। ਮੀਰਾ ਵੀ ਚੱਸਿਆ, ਫਿਰ ਮੁਕੱਦਸ ਦਾ ਵੀ, ਮੁਕੱਦਸ ਨੂੰ ਤੁਹਾਨੂੰ ਵੇਖ ਕੇ ਖੁਸ਼ ਹੋ ਜਾਂਦੀ ਹੈ ਨਾ। ਤੇ ਸਾਡੇ ਘਰ ਤੇ ਜਦੋਂ ਆਏ ਵਿਚਾਰੇ ਦਾ ਸਾਹ ਨਾਲ ਸਾਹ ਨਹੀਂ ਰਲਦਾ, ਉੱਥੋਂ ਟੁਰ ਕੇ ਜਾਉਣਾ ਪਿਆ। ਜਿਹੜਾ ਮਾਲਕ ਖਾਨ ਸੀ ਉਹ ਨਾਲ ਮੈਂ ਗੱਡੀ ਤੇ ਆਈ ਹਾਂ, ਮੈਨੂੰ ਇੱਥੇ ਸੜਕ ਤੇ ਲਾ ਗਿਆ ਸੀ, ਉਹ ਸੜਕ ਤੋਂ ਮੈਂ ਟੁਰਦੀ ਆਈ ਹਾਂ। ਹਾਂ, ਤੇ ਇੰਨੇ ਚਿਰ 'ਚ ਉਹਨਾਂ ਦਾ ਕੰਮ ਹੋ ਜਾਂਦਾ, ਸੜਕ ਤੋਂ ਟੁਰ ਕੇ ਆਉਣਾ ਕੋਈ ਸੌਖਾ ਗੱਲ ਹੈ। ਮੈਂ ਪਰਸੋਂ ਕੱਲ੍ਹ, ਅੱਜ ਤਾਂ ਮੈਨੂੰ ਪਤਾ ਵੀ ਨਹੀਂ ਲੱਗਾ, ਅਤੇ ਕੱਲ੍ਹ ਮੈਂ ਗਈ ਸਾਂ, ਕੱਲ੍ਹ ਕਿ ਪਰਸੋਂ ਮੇਰੇ ਕੋਲ ਟੁਰਿਆ ਨਾ ਜਾਏ, ਘਰ ਨਾ ਆਇਆ ਜਾਏ। ਹੁਣ ਦੋ ਦਿਨ ਹੋ ਗਏ ਦਵਾਈ ਖਾਂਦੀ ਆ ਨਾ ਪਈ, ਉਹੀ ਜਿਹੜੀ ਬਣਾਈ ਹੈ, ਅਤੇ ਦੋ ਦਿਨ ਹੋ ਗਏ ਨਾ, ਅੱਜ ਮਾਸ਼ਾਅੱਲਾ ਮੈਨੂੰ ਪਤਾ ਵੀ ਨਹੀਂ ਲੱਗਾ, ਕੱਖੜ ਗਈ ਸਾਂ, ਨਹੀਂ ਸੀ ਕੋਈ